ਗੁੱਡ ਮਾਰਨਿੰਗ ਮਾਈ ਡੀਅਰ ਸਟੂਡੈਂਟ ਬੇਟਾ ਅੱਜ ਅਸੀਂ ਫਾਸਲੇ ਨਾਟਕ ਦੇ ਬਾਰੇ ਪੜਾਂਗੇ ਜੋ ਕਿ ਜਤਿੰਦਰ ਬਰਾੜ ਦਾ ਲਿਖਿਆ ਹੋਇਆ ਹੈਗਾ ਬੇਟਾ ਇਸ ਨਾਟਕ ਦਾ ਵਿਸ਼ਾ ਜਿਹੜਾ ਲਿਆ ਗਿਆ ਉਹ ਸਾਡੇ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਬੁਰਾਈਆਂ ਦੇ ਨਾਲ ਸੰਬੰਧਿਤ ਹੈਗਾ ਹੈ ਜਿਸ ਤਰ੍ਹਾਂ ਕਿ ਜਾਤ ਪਾਤ ਦਾ ਭੇਦਭਾਵ ਉੱਚੀ-ਨੀਚ ਦੇ ਫਾਸਲੇ, ਮਜਬੂਹਾਂ ਦੇ ਫਾਸਲੇ, ਅਮੀਰੀ-ਗਰੀਬੀ ਦੇ ਫਾਸਲੇ ਇਹਨਾਂ ਫਾਸਲਿਆਂ ਨੂੰ ਹੀ ਮੱਦੇਨਜ਼ਰ ਰੱਖਦੇ ਹੋਏ ਜਦਿੰਦਦਰ ਬਰਾੜ ਨੇ ਆਪਣਾ ਨਾਟਕ ਲਿਖਿਆ ਹੈਗਾ ਉਹਨਾਂ ਦੇ ਨਾਟਕ ਦਾ ਜਿਹੜਾ ਵਿਸ਼ਾ ਹੈਗਾ ਉਹ ਹੈਗਾ ਅਮੀਰੀ-ਗਰੀਬੀ ਦਾ ਅਮੀਰੀ ਗਰੀਬੀ ਦੇ ਵਿੱਚ ਬੇਟਾ ਉਹਨਾਂ ਨੇ ਦੱਸਿਆ ਹੈਗਾ ਆ ਕਿ ਕਿਸ ਤਰ੍ਹਾਂ ਪੈਸੇ ਦੇ ਲੋਭੀ ਜਿਹੜੇ ਵਿਅਕਤੀ ਨੇ ਉਹ ਕਈ ਵਾਰੀ ਦੂਸਰਿਆਂ ਦਾ ਨੁਕਸਾਨ ਜਿਹੜਾ ਕਰ ਦਿੰਦੇ ਨੇ ਉਹਨਾਂ ਨੂੰ ਪੈਸੇ ਦਾ ਇੰਨਾ ਕਿ ਜ਼ਿਆਦਾ ਲਾਲਚ ਹੁੰਦਾ ਹੈ ਕਿ ਉਹ ਕਿਸੇ ਦੂਸਰੇ ਵਿਅਕਤੀ ਦੀ ਜ਼ਿੰਦਗੀ ਦੇ ਨਾਲ ਵੀ ਖਿਲਵਾੜ ਕਰ ਦਿੰਦੇ ਨੇ ਇਸੇ ਤਰ੍ਹਾਂ ਬੇਟਾ ਅਸੀਂ ਇਸ ਨਾਟਕ ਵਿੱਚ ਵੇਖਣ ਹੈਗਾ ਇਸ ਨਾਟਕ ਦਾ ਜਿਹੜਾ ਮੁੱਖ ਪਾਤਰ ਜੋ ਕਿ ਖਲਨਾਇਕ ਕਰਮਚੰਦ ਹੈਗਾ ਕਰਮਚੰਦ ਨੇ ਇਸ ਨਾਟਕ ਦੇ ਵਿੱਚ ਖਲਨਾਇਕ ਦੀ ਭੂਮਿਕਾ ਨਿਭਾਈ ਹੈ ਤੇ ਨਾਇਕਾ ਨੂਰੀ ਦੋਨਾਂ ਦੇ ਵਿਚ ਘਾਟ ਟੱਕਰ ਦੱਸੀ ਗਈ ਹੈ ਦੋਨਾਂ ਦੇ ਵਿਚਾਰ ਬੇਟਾ ਕਾਫੀ ਜ਼ਿਆਦਾ ਫਰਕ ਹੈਗਾ ਦੋਨਾਂ ਦੀ ਸੋਚ ਤੇ ਵਿਚਾਰ ਵਿੱਚ ਕਾਫੀ ਜ਼ਿਆਦਾ ਫਰਕ ਹੈਗਾ ਜਿਹੜਾ ਕਰਮਚੰਦ ਬੇਟਾ ਉਹ ਲੋਭ ਤੇ ਲਾਲਚ ਦੇ ਨਾਲ ਭਰਿਆ ਹੋਇਆ ਵਿਅਕਤੀ ਹੈ ਤੇ ਨੂਰੀ ਇੱਕ ਚੰਗੀ ਲੜਕੀ ਹੈਗੀ ਆ ਜੋ ਕਿ ਸੱਪ ਦੇ ਦਸੇ ਦਾ ਇਲਾਜ ਕਰਦੀ ਹੈਗੀ ਆ ਉਹ ਆਪਣੇ ਮੂੰਹ ਦੇ ਨਾਲ ਹੀ ਜ਼ਹਿਰ ਚੂਸ ਕੇ ਬਾਹਰ ਕੱਢ ਦਿੰਦੀ ਹੈ ਤੇ ਵਿਅਕਤੀ ਨੂੰ ਜਿਹੜਾ ਠੀਕ ਕਰ ਦਿੰਦੀ ਹੈਗੀ ਆ ਜਦੋਂ ਕਰਮਚੰਦ ਨੂੰ ਇਸ ਹੁਨਰ ਦੇ ਬਾਰੇ ਪਤਾ ਲੱਗਦਾ ਕਿ ਨੂਰੀ ਵਿੱਚ ਇੰਨਾ ਜ਼ਿਆਦਾ ਹੁਨਰ ਹੈਗਾ ਜੇਕਰ ਮੈਂ ਨੂਰੀ ਦੇ ਨਾਲ ਸਮਝੌਤਾ ਕਰ ਲਵਾਂ ਨੂਰੀ ਮੇਰੀ ਗੱਲ ਵਿੱਚ ਆ ਜਾਵੇ ਤਾਂ ਮੈਂ ਕਿਸੇ ਵੀ ਤਰ੍ਹਾਂ ਹੈਗਾ ਨੂਰੀ ਨੂੰ ਮਨਾ ਲਵਾਂ ਤਾਂ ਅਸੀਂ ਤਾਂ ਕਾਫੀ ਸਾਰੇ ਪੈਸੇ ਕਮਾ ਸਕਨੇ ਹੈਗੇ ਆ ਲੋਕਾਂ ਕੋਲ ਮੂੰਹ ਮੰਗੀ ਜਿਹੜੀ ਹੈਗੀ ਰਕਮ ਲੈ ਸਕਨੇ ਹੈਗੇ ਆ ਤਾਂ ਉਹ ਨੂਰੀ ਨੂੰ ਕਹਿੰਦਾ ਹੈ ਕਿ ਤੂੰ ਮੇਰੇ ਨਾਲ ਰਲ ਜਾ ਅਸੀਂ ਦੋਨੋਂ ਜਾਣੇ ਰਲ ਕੇ ਜਿਹੜਾ ਹੈਗਾ ਕੰਮ ਕਰਾਂਗੇ ਤੇ ਕਾਫੀ ਸਾਰੇ ਪੈਸੇ ਇਕੱਠੇ ਕਰਾਂਗੇ ਇਸ ਕਰਕੇ ਕਰਮਚੰਦ ਜਿਹੜਾ ਨਾ ਉਹ ਬੇਟਾ ਇੱਕ ਕਾਫੀ ਪ੍ਰਸਤ ਵਿਅਕਤੀ ਹੈਗਾ ਵੱਡੀ ਖੋਰ ਹੈ ਤੇ ਨਿਰਦਈ ਆਦਮੀ ਹੈਗਾ ਆ ਜੋ ਕਦੇ ਵੀ ਕਿਸੇ ਦਾ ਸੱਕਾ ਜਿਹੜਾ ਨਹੀਂ ਬਣ ਸਕਦਾਗਾ ਪਰ ਇਸਦੇ ਉਲਟ ਜੇਕਰ ਅਸੀਂ ਦੂਸਰਾ ਪੱਖ ਦੇਖੀਏ ਨੂਰੀ ਦਾ ਤਾਂ ਨੂਰੀ ਜੋ ਕਿ ਇੱਕ ਬਹੁਤ ਚੰਗੀ ਲੜਕੀ ਹੈ ਗਰੀਵਸਪੇਰਨ ਹੈਗੀ ਹੈ ਜੋ ਕਿ ਆਪਣੇ ਕਬੀਲੇ ਦੇ ਵਿੱਚ ਰਹਿੰਦੀ ਸੀ ਪਰ ਜਦੋਂ ਉਸਦੇ ਪਿਤਾ ਦਾ ਦੇਹਾਂਤ ਹੋ ਜਾਂਦਾ ਹੈ ਤਾਂ ਉਹ ਉਸ ਕਸਬੇ ਦੇ ਵਿੱਚ ਆ ਜਾਂਦੀ ਹੈ ਜਿੱਥੇ ਕੀ ਕਰਮਚੰਦ ਰਹਿੰਦਾ ਹੈ ਤੇ ਕਰਮਚੰਦ ਉਹਨਾਂ ਦਾ ਜਿਹੜਾ ਇਲਾਕਾ ਸੀ ਉਹ ਜੰਗਲੀ ਇਲਾਕਾ ਹੀ ਜਿਸ ਕਰਕੇ ਇੱਥੇ ਸੱਪ ਜਿਹੜਾ ਕਾਫੀ ਜ਼ਿਆਦਾ ਰਹਿੰਦੇ ਹੀ ਕਹਿੰਦੇ ਨੂਰੀ ਦੇ ਪਿਤਾ ਨੇ ਜਿਹੜਾ ਹੈਗਾ ਸੀ ਮਰਨ ਦੇ ਸਮੇਂ ਉਸ ਨੂੰ ਵਚਨ ਦਿੱਤਾ ਹੀ ਕਿ ਬੇਟਾ ਜਿਹੜੀ ਮੈਂ ਮੁੰਦਰੀ ਤੈਨੂੰ ਦੇ ਰਹਾ ਇਹ ਮੁੰਦਰੀ ਸਾਡੀ ਖਾਨਦਾਨੀ ਹੈਗੀ ਹੈ ਤੇ ਇਸ ਮੁੰਦਰੀ ਦੀ ਲਾਜ ਰੱਖਣੀ ਹੈਗੀ ਹੈ ਕਿ ਜਿੰਨਾ ਚਿਰ ਇਹ ਮੁੰਦਰੀ ਤੇਰੇ ਹੱਥ ਵਿੱਚ ਰਹੇਗੀ ਤੂੰ ਜਦੋਂ ਵੀ ਕਿਸੇ ਵਿਅਕਤੀ ਦਾ ਇਲਾਜ ਕਰੇਗੀ ਕਿਸੇ ਦਾ ਜ਼ਹਿਰ ਚੂਸੇਗੀ ਉਸ ਦੀ ਜਾਨ ਬਚਾਏਗੀ ਤਾਂ ਤੇਰੀ ਜਾਨ ਨੂੰ ਜਿਹੜਾ ਕੋਈ ਵੀ ਨੁਕਸਾਨ ਨਹੀਂ ਹੋ ਸਕਦਾ ਹੈਗਾ ਜਿਸ ਕਰਕੇ ਉਸਦੇ ਪਿਤਾ ਨੇ ਮਰਨ ਸਮੇਂ ਆਪਣੀ ਪੁੱਤਰੀ ਦੇ ਕੋਲੋਂ ਇਹ ਵਚਨ ਲਿਆ ਹੀ ਤੇ ਕਹਿੰਦੇ ਸੱਪ ਦੇ ਡੱਸੇ ਦਾ ਇਲਾਜ ਕਰਨਾ ਇਹ ਉਹਨਾਂ ਦੀ ਪਿਤਾ ਪੁਰਖੀ ਰੀਤ ਹੈਗੀ ਹੈ ਸ਼ੁਰੂ ਤੋਂ ਹੀ ਉਹਨਾਂ ਦੇ ਪਰਿਵਾਰ ਵਿੱਚ ਇਹ ਰੀਤ ਚਲਦੀ ਆਈ ਹੈ ਤੇ ਸੱਪ ਨੂੰ ਡੰਗਣ ਦਾ ਜਿਹੜਾ ਜਹਾ ਚੂਸਣ ਦਾ ਇਲਾਜ ਜਿਹੜਾ ਸੀ ਉਸਦੇ ਜਿੰਨੇ ਵੀ ਗੁਣ ਹੀ ਉਹ ਸਾਰੇ ਹੀ ਨੂਰੀ ਦੇ ਪਿਤਾ ਨੇ ਉਸ ਨੂੰ ਮਰਨ ਦੇ ਸਮੇਂ ਜਿਹੜੇ ਸੀ ਉਹ ਦੱਸ ਦਿੰਦੇ ਹੀ ਪਰ ਕਹਿੰਦੇ ਜਿਹੜਾ ਕਰਮਚੰਦ ਜਿਹੜਾ ਹੈਗਾ ਉਹ ਲਾਲਚੀ ਵਿਅਕਤੀ ਹੈ ਉਹ ਨੂਰੀ ਨੂੰ ਜਿਹੜਾ ਹੈਗਾ ਆਪਣੇ ਚਾਂਸੇ ਦੇ ਵਿੱਚ ਫਸਾਉਣ ਦੀ ਬੜੀ ਕੋਸ਼ਿਸ਼ ਕਰਦਾ ਹੈਗਾ ਪਰ ਨੂਰੀ ਉਸ ਦੀਆਂ ਗੱਲਾਂ ਵਿੱਚ ਨਹੀਂ ਆਂਦੀ ਹੈਗੀ ਹੁਣ ਬੇਟਾ ਇਸ ਨਾਟਕ ਦੇ ਮੁੱਖ ਪਾਤਰਾਂ ਦੇ ਬਾਰੇ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਇਸ ਨਾਟਕ ਦਾ ਮੁੱਖ ਪਾਤਰ ਬੇਟਾ ਸਭ ਤੋਂ ਪਹਿਲਾਂ ਅਸੀਂ ਪੜਾਂਗੇ ਡਾਕਟਰ ਡਾਕਟਰ ਬੇਟਾ ਜੋ ਕਿ ਇੱਕ ਪੜਿਆ ਲਿਖਿਆ ਵਿਅਕਤੀ ਹੈਗਾ ਆ ਤੇ ਪਿੰਡ ਦੀ ਡਿਸਪੈਂਸਰੀ ਦੇ ਵਿੱਚ ਕੰਮ ਕਰਦਾ ਹੈ ਉਹ ਕਾਫੀ ਜ਼ਿਆਦਾ ਭਲਾਮਾਨਸ ਇਨਸਾਨ ਹੈ ਇਮਾਨਦਾਰ ਹੈਗਾ ਆ ਕਦੇ ਵੀ ਕਿਸੇ ਕੋਲੋਂ ਪੈਸੇ ਜਿਹੜਾ ਨਹੀਂ ਲੈਂਦੇ ਮੁਫਤ ਹੀ ਲੋਕਾਂ ਦਾ ਜਿਹੜਾ ਹੈਗਾ ਉੱਥੇ ਹਸਪਤਾਲ ਦੇ ਵਿੱਚ ਇਲਾਜ ਕਰਦਾ ਹੈ ਪਰ ਪਿੰਡ ਵਿੱਚ ਹਸਪਤਾਲ ਹੋਣ ਕਰਕੇ ਉੱਥੇ ਪੂਰੀਆਂ ਸੁਵਿਧਾਵਾਂ ਜਿਹੜੀਆਂ ਹੈਗੀਆਂ ਉਹ ਡਾਕਟਰ ਨੂੰ ਨਹੀਂ ਮਿਲਦੀਆਂ ਤੇ ਨਾ ਹੀ ਨੇ ਵਧੀਆਂ ਜਿਹੜੀਆਂ ਦਵਾਈਆਂ ਹੁੰਦੀਆਂ ਨੇ ਜੋ ਕਿ ਕਿਸੇ ਸੱਪ ਦੇ ਡੰਗੇ ਹੋਏ ਵਿਅਕਤੀ ਦਾ ਇਲਾਜ ਕਰ ਸਕਣ ਕਹਿੰਦੇ ਜਦੋਂ ਡਾਕਟਰ ਪਹਿਲੀ ਵਾਰੀ ਨੂਰੀ ਨੂੰ ਦੇਖਦਾ ਹੈ ਤਾਂ ਦੋਨਾਂ ਦਾ ਆਪਸ ਵਿੱਚ ਜਿਹੜਾ ਹੈਗਾ ਪਿਆਰ ਪੈ ਜਾਂਦਾ ਕਿਉਂਕਿ ਨੂਰੀ ਉਸ ਨੂੰ ਕਾਫੀ ਨੇਕ ਤੇ ਚੰਗੀ ਲੜਕੀ ਲੱਗਦੀ ਹੈਗੀ ਆ ਪਰ ਕਹਿੰਦੇ ਡਾਕਟਰ ਦੀ ਮਾਂ ਜਿਹੜੀ ਸੀ ਉਹ ਕਾਫੀ ਜ਼ਿਆਦਾ ਲਾਲਚਨ ਸੀ ਉਹ ਆਪਣੇ ਮੁੰਡੇ ਦਾ ਵਿਆਹ ਜਿਹੜਾ ਹੈਗਾ ਕਿਸੇ ਅਮੀਰ ਪਰਿਵਾਰ ਵਿੱਚ ਕਰ ਦਿੰਦੀ ਹੈ ਤੇ ਡਾਕਟਰ ਨੂੰ ਉਹ ਲੜਕੀ ਬਿਲਕੁਲ ਵੀ ਨਹੀਂ ਪਸੰਦ ਹੁੰਦੀ ਪਰ ਆਪਣੀ ਮਾਂ ਦੇ ਅੱਗੇ ਡਾਕਟਰ ਦੀ ਕੋਈ ਵੀ ਪੇਸ਼ ਨਹੀਂ ਚਲਦੀ ਹੈਗੀ ਤਾਂ ਉਸ ਨੂੰ ਮਜਬੂਰੀ ਬਸ ਉੱਥੇ ਹੀ ਵਿਆਹ ਕਰਨਾ ਪੈਂਦਾ ਹੈ ਜਿੱਥੇ ਉਸ ਦੀ ਮਾਂ ਚਾਹੁੰਦੀ ਹੈ ਦੂਸਰਾ ਬੇਟਾ ਮੁੱਖ ਪਾਤਰ ਹੈਗਾ ਕਰਮਚੰਦ ਕਰਮਚੰਦ ਜਿਸ ਤਰ੍ਹਾਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਹੈਗਾ ਬੇਟਾ ਕਿ ਇੱਕ ਲਾਲਚੀ ਇਨਸਾਨ ਹੈਗਾ ਜੋ ਡਾਕਟਰ ਦੇ ਨਾਲ ਡਿਸਪੈਂਸਰੀ ਦੇ ਵਿੱਚ ਕੰਪਾਊਡਰ ਦਾ ਕੰਮ ਕਰਦਾ ਹੈ ਬੇਟਾ ਡਾਕਟਰ ਦੀ ਮਾਂ ਦੇ ਨਾਲ ਰਲ ਕੇ ਜਿਹੜਾ ਨਾ ਕਰਮਚੰਦ ਨੂਰੀ ਨੂੰ ਜ਼ਹਿਰ ਲੱਸੀ ਦੇ ਵਿੱਚ ਜ਼ਹਿਰ ਪਾ ਕੇ ਜਿਹੜਾ ਉਸ ਨੂੰ ਦੇ ਦਿੱਤਾ ਜਾਂਦਾ ਹੈ ਜਿਸ ਨਾਲ ਨੂਰੀ ਜਿਹੜੀ ਹੈਗੀ ਅੰਤ ਵਿੱਚ ਮਰ ਜਾਂਦੀ ਹੈਗੀ ਆ ਨੂਰੀ ਜਿਸ ਤਰ੍ਹਾਂ ਪਹਿਲਾਂ ਵੀ ਅਸੀਂ ਪੜ ਚੁੱਕੇ ਹੈਗੇ ਆ ਕਿ ਨੂਰੀ ਇੱਕ ਸਪੇਰਨ ਲੜਕੀ ਹੈਗੀ ਆ ਜੋ ਕਾਫੀ ਚੰਗੀ ਇਮਾਨਦਾਰ ਭਲੀ ਮਾਨਸ ਲੜਕੀ ਹੈਗੀ ਆ ਤੇ ਸੱਪ ਦੇ ਦਸੇ ਦਾ ਮੁਫਤ ਇਲਾਜ ਕਰਦੀ ਹੈਗੀ ਆ ਨੈਕਸਟ ਬੇਟਾ ਹੈਗਾ ਡੋਲੀ ਡੋਲੀ ਜੋ ਕਿ ਡਾਕਟਰ ਦੀ ਪਤਨੀ ਹੈਗੀ ਆ ਡਾਕਟਰ ਦਾ ਵਿਆਹ ਡੋਲੀ ਨਾਲ ਹੋਇਆ ਡੋਲੀ ਬੇਟਾ ਕਾਫੀ ਜ਼ਿਆਦਾ ਇੱਕ ਮੋਟੀ ਵੀ ਹੈਗੀ ਆ ਸਕਲ ਸੂਰਤ ਵੀ ਉਸਦੀ ਸੋਹਣੀ ਨਹੀਂ ਹੁੰਦੀ ਕਿ ਡਾਕਟਰ ਦੇ ਨਾਲ ਉਸ ਦਾ ਕੋਈ ਵੀ ਜੋੜ ਨਹੀਂ ਹੁੰਦਾ ਪਰ ਉਸਦਾ ਵਿਆਹ ਡਾਕਟਰ ਨਾਲ ਕਿਸ ਕਰਕੇ ਹੁੰਦਾ ਹੈ ਕਿ ਉਹ ਅਮੀਰ ਘਰ ਦੀ ਹੁੰਦੀ ਹੈਗੀ ਆ ਡਾਕਟਰ ਦੀ ਮਾਂ ਜਿਹੜੀ ਹੈਗੀ ਹੈ ਪੈਸੇ ਦੇ ਲਾਲਚ ਵਿੱਚ ਆ ਕੇ ਤੇ ਆਪਣੇ ਮੁੰਡੇ ਦੀ ਪਸੰਦ ਨੂੰ ਠੁਕਰਾ ਕੇ ਤੇ ਦੂਸਰੀ ਲੜਕੀ ਦੇ ਨਾਲ ਉਸਦਾ ਵਿਆਹ ਕਰ ਦਿੰਦੀ ਹੈਗੀ ਆ ਡੋਲੀ ਨੂੰ ਆਪਣੇ ਪਿਤਾ ਦੀ ਜਾਇਦਾਦ ਉੱਪਰ ਕਾਫੀ ਜ਼ਿਆਦਾ ਮਾਨ ਹੈ ਉਹ ਪੈਸੇ ਦੇ ਘਮੰਡ ਵਿੱਚ ਰਹਿੰਦੀ ਹੈਗੀ ਆ ਉਹ ਪਿੰਡ ਦੇ ਲੋਕਾਂ ਨੂੰ ਪਸੰਦ ਨਹੀਂ ਕਰਦੀ ਹੈਗੀ ਪਿੰਡ ਦੇ ਲੋਕਾਂ ਤੋਂ ਦੂਰ ਹੋ ਕੇ ਖੜੇ ਰਹਿੰਦੀ ਹੈਗੀ ਆ ਤੇ ਹਰ ਵੇਲੇ ਆਪਣੇ ਪੈਸੇ ਦੀ ਗੂੰਗਾਨ ਜਿਹੜਾ ਹੈਗਾ ਉਹ ਕਰਦੀ ਰਹਿੰਦੀ ਹੈ ਨੈਕਸਟ ਬੇਟਾ ਬੂਟਾ ਰਾਮ ਹੈਗਾ ਬੂਟਾ ਰਾਮ ਬੇਟਾ ਜੋ ਡਾਕਟਰ ਦੇ ਘਰ ਵਿੱਚ ਕੰਮ ਕਰਦਾ ਹੈ ਉਹ ਡਾਕਟਰ ਦੇ ਲਈ ਖਾਣਾ ਬਣਾਉਂਦਾ ਹੈ ਉਸ ਦੇ ਘਰ ਤੇ ਸਾਫ ਸਫਾਈ ਕਰਦਾ ਹੈ ਤੇ ਕਾਫੀ ਜ਼ਿਆਦਾ ਚੰਗਾ ਇਨਸਾਨ ਹੈਗਾ ਉਹ ਨੂਰੀ ਨੂੰ ਆਪਣੇ ਧੀ ਵਾਂਗ ਪਿਆਰ ਕਰਦਾ ਹੈ ਉਹ ਜਦੋਂ ਵੀ ਘਰ ਵਿੱਚ ਲੱਸੀ ਬਚ ਜਾਂਦੀ ਹੈਗੀ ਜਾਂ ਕੋਈ ਰੋਟੀ ਜਾਂ ਕੋਈ ਹੋਰ ਵੀ ਖਾਣ ਵਾਲੀ ਚੀਜ਼ ਬਚ ਜਾਂਦੀ ਹੈਗੀ ਆ ਤਾਂ ਉਹ ਚੋਰੀ ਜਾ ਕੇ ਜਿਹੜਾ ਹੈਗਾ ਉਸ ਦੀ ਝੌਂਪੜੀ ਵਿੱਚ ਜਾ ਕੇ ਉਸ ਨੂੰ ਖਾਣ ਵਾਸਤੇ ਦੇ ਆਂਦਾ ਹੈ ਨੈਕਸਟ ਪਾਤਰ ਹੈ ਕਿ ਸਾਡਾ ਦਾਰਾ ਦਾਰਾ ਬੇਟਾ ਇੱਕ ਪਿੰਡੂ ਗਰੀਬ ਵਿਅਕਤੀ ਹੈਗਾ ਯਾ ਜੋ ਕਿ ਕਾਫੀ ਜ਼ਿਆਦਾ ਸ਼ਰਾਬ ਪੀਂਦਾ ਹੈ ਤੇ ਉਹ ਸ਼ਰਾਬ ਦਾ ਧੰਦਾ ਵੀ ਕਰਦਾ ਹੈ ਉਹ ਘਰ ਵਿੱਚ ਦੇਸੀ ਸ਼ਰਾਬ ਕੱਢ ਕੇ ਜਿਹੜਾ ਹੈਗਾ ਪਿੰਡ ਦੇ ਲੋਕਾਂ ਨੂੰ ਹੀ ਵੰਡਦਾ ਹੈ ਉਂਝ ਤਾਂ ਉਸ ਦਾ ਖੇਤੀਬਾੜੀ ਦਾ ਵੀ ਕੰਮ ਹੈਗਾ ਐ ਪਦਰਿਆ ਕੰਡੇ ਇਲਾਕਾ ਹੋਣ ਕਰਕੇ ਉਸ ਦੀ ਖੇਤੀਬਾੜੀ ਦਾ ਕੋਈ ਕੰਮ ਜਿਹੜਾ ਹੈਗਾ ਜਿਆਦਾ ਨਹੀਂ ਚੱਲਦਾ ਹੈਗਾ ਪਰ ਬੇਟਾ ਦਿਲ ਦਾ ਮਾੜਾ ਹੀ ਵਿਅਕਤੀ ਨਹੀਂ ਹੁੰਦਾ ਅਗਰ ਦਾਰਾ ਦਿਲ ਦਾ ਇੱਕ ਚੰਗਾ ਵਿਅਕਤੀ ਹੈ ਉਹ ਦੂਸਰਿਆਂ ਦੇ ਪ੍ਰਤੀ ਹਮਦਰਦੀ ਦੀ ਭਾਵਨਾ ਰੱਖਦਾ ਜਿੰਨਾ ਹੋ ਸਕੇ ਉਹ ਦੂਸਰਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਹੈ ਬੇਟਾ ਹੁਮਨੇ ਤੁਹਾਨੂੰ ਕੁਝ ਇਸ ਨਾਟਕ ਦੀਆਂ ਪਿਕਚਰ ਜਿਹੜੀਆਂ ਨਾ ਉਹ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹੈਗੀਆਂ ਉਹਨਾਂ ਪਿਕਚਰ ਦੇ ਵਿੱਚ ਜਿਹੜੇ ਵੇਖੋ ਜਿਹੜੀ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹੈਗੀਆਂ ਇਹਦੇ ਵਿੱਚ ਬੇਟਾ ਨੂਰੀ ਹੈ ਡਾਕਟਰ ਤੇ ਬੂਟਾ ਹੈਗਾ ਨੂਰੀ ਜਿਹੜੀ ਹੈਗੀ ਆ ਉਸਨੇ ਆਪਣੇ ਹੱਥ ਵਿੱਚ ਸੱਪ ਦੀ ਕੁੰਜ ਫੜੀ ਹੋਈ ਹੈ ਜੋ ਕਿ ਡਾਕਟਰ ਨੂੰ ਦਿਖਾ ਰਹੀ ਹੈ ਸੱਪ ਦੀ ਕੁੰਜ ਬੇਟਾ ਦੇਖ ਸੱਪ ਦਾ ਜਿਹੜਾ ਉੱਪਰ ਵਾਲਾ ਉਸ ਦਾ ਕੱਪੜਾ ਦਾ ਨਾ ਉਸ ਨੂੰ ਬੇਟਾ ਸੱਪ ਦੀ ਕੁੰਜ ਕਿ ਆ ਜਾਂਦਾ ਹੈਗਾ ਇਹਦੇ ਵਿੱਚ ਜਦੋਂ ਨੂਰੀ ਪਹਿਲੀ ਵਾਰੀ ਡਾਕਟਰ ਨੂੰ ਮਿਲਦੀ ਹੈਗੀ ਆ ਤਾਂ ਉਸ ਨੂੰ ਸੱਪ ਦੀ ਕੁੰਜ ਲਿਆ ਕੇ ਦਿਖਾਉਂਦੀ ਹੈ ਤੇ ਸੱਪ ਵਾਕਈ ਹੀ ਬੜਾ ਹੈਰਾਨ ਹੋ ਕੇ ਉਹਨੇ ਕਹਿੰਦਾ ਹੈ ਕਿ ਤੈਨੂੰ ਨੂਰੀ ਡਰ ਨਹੀਂ ਲੱਗਦਾ ਹੈਗਾ ਜਦੋਂ ਸੱਪ ਦੀ ਕੁੰਜ ਖੱਚ ਫੜੀ ਹੋਈ ਹੈ ਸੱਪਾਂ ਦੇ ਵਿੱਚ ਰਹਿਨੇ ਹੈਗੇ ਆ ਤਾਂ ਨੂਰੀ ਕਹਿੰਦੀ ਹੈਗੇ ਨਹੀਂ ਬਾਬਾ ਉਹ ਜੀ ਸਾਨੂੰ ਡਰਨੇ ਲੱਗਦਾ ਹੈਗਾ ਅਸੀਂ ਤਾਂ ਸਪਾਂ ਵਿੱਚ ਹੀ ਭਲੇ ਹੈਗੇ ਆ ਦੂਸਰੀ ਪਿਕਚਰ ਬੇਟਾ ਜਿਹੜੀ ਮੈਂ ਤੁਹਾਨੂੰ ਦਿਖਾ ਰਹੀ ਹੈਗੀ ਆ ਉਹਦੇ ਵਿੱਚ ਨੂਰੀ ਤੇ ਡਾਕਟਰ ਦੋਨੋਂ ਦੱਸੇ ਗਏ ਨੇ ਇਹਦੇ ਵਿੱਚ ਨੂਰੀ ਜਿਹੜੀ ਹੈਗੀ ਡਾਕਟਰ ਨੇ ਕਹਿੰਦੀ ਹੈਗੇ ਕਿ ਬਾਬੂ ਤੁਸੀਂ ਕਿਦੇ 7 ਤੇ ਨਹੀਂ ਸੁੱਤੇ ਹੈਗੇ 7 ਦੇ ਉੱਪਰ ਸੌਣ ਨਾਲ ਕਿੰਨਾ ਵਧੀਆ ਨਜ਼ਾਰਾ ਜਿਹੜਾ ਹੈਗਾ ਦਿਖਾਈ ਦਿੰਦਾ ਆ ਤਾਂ ਉਹ ਡਾਕਟਰ ਦਾ ਹੱਥ ਫੜ ਕੇ ਉਸ ਨੂੰ ਛੱਤ ਦੇ ਉੱਪਰ ਲੈ ਜਾਂਦੀ ਹੈਗੀ ਆ ਉਸ ਨੂੰ ਉੱਥੇ ਜਾ ਕੇ ਦੱਸਦੀ ਆ ਕਿ ਬਾਬੂ ਵੇਖੋ ਚੰ드ਰਮਾ ਕਿੰਨਾ ਸੋਹਣਾ ਲੱਗਦਾ ਪਿਆ ਤਾਰੇ ਕਿੰਨੇ ਸੋਹਣੇ ਲੱਗਦੇ ਪਏ ਨੇ ਖੁੱਲੇ ਅਸਮਾਨ ਦੇ نیچے ਸੋਣਾ ਕਿੰਨਾ ਹੀ ਚੰਗਾ ਲੱਗਦਾ ਹੈਗਾ ਆ ਫਿਰ ਉਹ ਦੱਸ ਜਿਏਗੇ ਕਿ ਬਾਬੂ ਦੇਖੋ ਦਰਿਆ ਦੇ ਪਾਣੀ ਦੀ ਆਵਾਜ਼ ਵੀ ਜਿਹੜੀ ਆ ਰਹੀ ਹੈ ਠੰਡੀ ਠੰਡੀ ਹਵਾ ਚੱਲ ਰਹੀ ਹੈਗੀ ਆ ਤਾਂ ਡਾਕਟਰ ਨੂੰ ਇਹ ਸੁਣ ਕੇ ਕਾਫੀ ਜ਼ਿਆਦਾ ਖੁਸ਼ੀ ਹੁੰਦੀ ਆ ਤਾਂ ਕਹਿੰਦਾ ਕਿ ਨੂਰੀ ਮੈਂ ਵੀ ਅੱਜ ਤੋਂ ਬਾਅਦ ਜਿਹੜਾ ਨਾ ਛੱਤ ਦੇ ਉੱਪਰ ਹੀ ਸੋਣਾ ਵਾਕਿ ਛੱਤ ਦੇ ਉੱਪਰ ਸੌਣ ਦੇ ਨਾਲ ਆਨੰਦ ਹੀ ਜੜਾ ਹੈਗਾ ਕੁਝ ਵੱਖਰਾੰਦਾ ਹੁਣ ਬੇਟਾ ਨੈਕਸਟ ਪਿਕਚਰ ਜਿਹੜੀ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਬੋਲੋ ਹਾਂਜੀ ਬੇਟਾ ਹੁਣ ਅਗਲੇ ਸੀਨ ਦੇ ਵਿੱਚ ਨੂਰੀ ਜਿਹੜੀ ਹੈਗੀ ਐ ਉਹ ਡਾਕਟਰ ਸੱਪ ਨੂੰ ਜਿਹੜਾ ਹੈਗਾ ਉਹ ਨੈਕਸਟ ਫੋਟੋ ਦੇ ਵਿੱਚ ਜਿਹੜਾ ਨਾ ਨੂਰੀ ਸੱਪ ਨੂੰ ਆਪਣੇ ਹੱਥ ਵਿੱਚ ਪਾਈ ਹੋਈ ਮੁੰਦਰੀ ਦਿਖਾ ਰਹੀ ਐ ਜਿਹੜੀ ਕਿ ਉਹਨਾਂ ਦੀ ਪਿਤਾ ਪੁਰਖੀ ਵਿਰਾਸਤ ਹੈਗੀ ਐ ਤੇ ਉਸਦੇ ਪਿਤਾ ਜੀ ਨੇ ਜਿਹੜਾ ਸੀ ਨੂਰੀ ਨੂੰ ਦਿੱਤੀ ਸੀ ਜਿਸ ਨਾਲ ਉਹ ਸੱਪ ਦੇ ਦਸੇ ਦੇ ਲਾਜ ਕਰ ਸਕਦੀ ਐ ਤੇ ਉਸ ਨੂੰ ਕੋਈ ਵੀ ਨੁਕਸਾਨ ਜਿਹੜਾ ਹੈਗਾ ਨਹੀਂ ਪਹੁੰਚ ਸਕਦਾ ਨੈਕਸਟ ਸੀਨ ਦੇ ਵਿੱਚ ਬੇਟਾ ਇਹਦੇ ਵਿੱਚ ਕਰਮਚੰਦ ਤੇ ਨੂਰੀ ਦਿਖਾਏਗੇ ਨੇ ਕਰਮਚੰਦ ਨੂਰੀ ਨੂੰ ਕਹਿ ਰਿਹਾ ਜਦੋਂ ਉਸ ਨੂੰ ਪਤਾ ਚੱਲਦਾ ਕਿ ਨੂਰੀ ਜਿਹੜੀ ਹੈਗੀ ਸੱਪ ਦੇ ਦਸੇ ਦਾ ਇਲਾਜ ਕਰ ਲਾਂਦੀ ਹੈ ਲੋਕਾਂ ਨੂੰ ਠੀਕ ਕਰ ਦਿੰਦੀ ਹੈਗੀ ਆ ਤਾਂ ਉਹ ਨੂਰੀ ਨੂੰ ਪਨਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਨੂਰੀ ਕਿਉਂ ਨਾ ਅਸੀਂ ਦੋਨੋਂ ਜਾਨੇ ਇਕੱਠੇ ਹੋ ਜਾਈਏ ਮੇਰਾ ਦਿਮਾਗ ਤੇ ਤੇਰਾ ਹੁਨਰ ਅਸੀਂ ਦੋਨੋਂ ਜਾਨੇ ਕਿੰਨੇ ਪੈਸੇ ਜਿਹੜਾ ਹੈਗਾ ਅਸੀਂ ਕਮਾ ਸਕਾਂਗੇ ਤੇ ਸਾਡੇ ਕੋਲ ਕਾਫੀ ਸਾਰਾ ਪੈਸਾ ਇਕੱਠਾ ਹੋ ਜਾਏਗਾ ਪਰ ਨੂਰੀ ਜਿਹੜੀ ਹੈਗੀ ਆ ਉਹ ਉਸ ਨੂੰ ਉਸ ਦੇ ਇਸ ਪ੍ਰਸਤਾਵ ਨੂੰ ਠੁਕਰਾ ਦਿੰਦੀ ਹੈਗੀ ਜਿਸ ਨਾਲ ਕਰਮਚੰਦ ਕਹਿੰਦਾ ਸੁਦੈਨੇ ਜੇ ਘੋੜਾ ਘਾ ਨਾਲ ਦੋਸਤੀ ਕਰੇਗਾ ਤਾਂ ਖਾਵੇਗਾ ਕੀ ਪਰ ਕਹਿੰਦੀ ਹੈਗੇ ਕਿ ਜਿਹੜਾ ਪਰਮਾਤਮਾ ਸਾਨੂੰ ਇਸ ਦੁਨੀਆ ਦੇ ਉੱਪਰ ਭੇਜਦਾ ਹੈ ਤਾਂ ਉਹ ਸਾਡੇ ਖਾਣ ਪੀਣ ਦਾ ਇੰਤਜ਼ਾਮ ਵੀ ਕਰਕੇ ਭੇਜਦਾ ਹੈ ਇਸ ਕਰਕੇ ਮੈਂ ਸੱਪ ਦੇ ਦੱਸੇ ਦਾ ਕਦੇ ਵੀ ਕਿਸੇ ਕੋਲ ਕੋਈ ਪੈਸਾ ਨਹੀਂ ਲੈ ਸਕਦੇ ਹੈਗੇ ਹਾਂਜੀ ਨੈਕਸਟ ਸੀਨ ਦੇ ਵਿੱਚ ਬੇਟਾ ਸੀਨ ਦੇ ਵਿੱਚ ਦੱਸਿਆ ਗਿਆ ਕਿ ਨੂਰੀ ਜਦੋਂ ਡਾਕਟਰ ਨੂੰ ਆਪਣੇ ਨਾਲ ਸਵੇਰੇ ਸੈਰ ਵਾਸਤੇ ਲੈ ਕੇ ਜਾਂਦੀ ਹੈਗੇ ਆ ਤਾਂ ਉਸ ਨੂੰ ਦਰਿਆ ਦੇ ਕੰਢੇ ਲਾਗੇ ਲੈ ਜਾਂਦੀ ਹੈ ਗਿਆ ਉਸ ਨੂੰ ਕਹਿੰਦੀ ਹੈ ਕਿ ਬਾਬੂ ਤੁਸੀਂ ਕਦੇ ਸਵੇਰੇ ਦਰਿਆ ਦੇ ਕੰਢੇ ਆਇਓ ਕਦੇ ਸੈਰ ਕੀਤੀ ਹੈ ਵੇਖੋ ਬਾਬੂ ਕਿੰਨਾ ਸੋਹਣਾ ਨਜ਼ਾਰਾ ਹੈ ਬੇਟਾ ਉੱਥੇ ਰੇਤ ਦੇ ਵਿੱਚ ਬੈਠ ਕੇ ਆਪਣਾ ਪਿਆਰ ਨੂੰ ਰੇਤ ਵਿੱਚ ਰੱਖ ਕੇ ਤਾਂ ਘਰ ਬਣਾਉਂਦੀ ਹੈ ਗਿਆ ਤਾਂ ਕਹਿੰਦੀ ਬਾਬੂ ਜੀ ਵੇਖੋ ਮੈਂ ਕਿੰਨਾ ਸੋਹਣਾ ਘਰ ਬਣਾਇਆ ਮੇਰਾ ਰੇਤ ਦਾ ਘਰ ਹੈਗਾ ਤਾਂ ਡਾਕਟਰ ਵੀ ਦੇਖ ਕੇ ਕਾਫੀ ਜ਼ਿਆਦਾ ਖੁਸ਼ ਹੁੰਦਾ ਹੈਗਾ ਅਗਲੇ ਸੀਨ ਦੇ ਵਿੱਚ ਬੇਟਾ ਡਾਕਟਰ ਜਿਹੜਾ ਹੈਗਾ ਉਸ ਨਾਲ ਉੱਥੇ ਖੂਬ ਮਸਤੀ ਦੇ ਵਿੱਚ ਝੂਮ ਰਿਹਾ ਸੀ ਉਹ ਨੂਰੀ ਨੂੰ ਨਹੀਂ ਮਨ ਜਿਹੜਾ ਉਸਨੇ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਸੀ ਉਸ ਨੂੰ ਨੂਰੀ ਦੀਆਂ ਹਰਕਤਾਂ ਕਾਫੀ ਜ਼ਿਆਦਾ ਪਿਆਰੀਆਂ ਲੱਗਦੀਆਂ ਸੀ ਤੋਂ ਸੋਚ ਰਿਹਾ ਹੈ ਕਿ ਵਾਕਈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਖੂਬਸੂਰਤ ਦ੍ਰਿਸ਼ ਕਦੇ ਵੀ ਨਹੀਂ ਦੇਖਿਆ ਹੈਗਾ ਮੈਂ ਤਾਂ ਆਪਣਾ ਸਾਰਾ ਸਮਾਂ ਕਿਤਾਬਾਂ ਦੇ ਵਿੱਚ ਹੀ ਮਤੀਤ ਕਰ ਦਿੱਤਾ ਆ ਤਾਂ ਉਹ ਦਰਿਆ ਦੇ ਕੰਢੇ ਆ ਕੇ ਵਗਦੇ ਹੋਏ ਪਾਣੀ ਨੂੰ ਦੇਖ ਕੇ ਠੰਡੀ ਠੰਡੀ ਹਵਾ ਚੱਲ ਰਹੀ ਸੀ ਸੂਰਜ ਨਿਕਲ ਰਿਹਾ ਸੀ ਇਸ ਦ੍ਰਿਸ਼ ਨੂੰ ਦੇਖ ਕੇ ਉਹ ਕਾਫੀ ਜ਼ਿਆਦਾ ਖੁਸ਼ ਹੁੰਦਾ ਹੈ ਹਾਂਜੀ ਹਾਂਜੀ ਬੇਟਾ ਅਗਲੇ ਸੀਨ ਦੇ ਵਿੱਚ ਦੱਸਿਆ ਜਾਗਾ ਕਿ ਜਦੋਂ ਡਾਕਟਰ ਦੇ ਮਾਤਾ ਪਿਤਾ ਜਿਹੜੇ ਨੇ ਡਾਕਟਰ ਨੂੰ ਮਿਲਣ ਵਾਸਤੇ ਆਉਂਦੇ ਨੇ ਤਾਂ ਨੂਰੀ ਉਹਨਾਂ ਦੇ ਘਰ ਜਾਂਦੀ ਹੈਗੀ ਹੈ ਨੂਰੀ ਨੇ ਹੱਥ ਵਿੱਚ ਬੇਟਾ ਫੁੱਲਾਂ ਦਾ ਗੁਲਦਸਤਾ ਫੜਿਆ ਹੋਇਆ ਤੇ ਬੂਟਾ ਉਹਨਾਂ ਨੂੰ ਦੱਸਦਾ ਹੈ ਕਿ ਇਹ ਡਾਕਟਰ ਸਾਹਿਬ ਦੇ ਜਿਹੜੇ ਨੇ ਮਾਤਾ ਪਿਤਾ ਆ ਤਾਂ ਨੂਰੀ ਜਿਹੜੀ ਹੈਗੀ ਉਹਨਾਂ ਨੂੰ ਡਮਸਕਾਰ ਕਰਦੀ ਹੈਗੀ ਆ ਤਾਂ ਡਾਕਟਰ ਦੀ ਮਾਤਾ ਜਿਹੜੀ ਹੈਗੀ ਨੂਰੀ ਵੱਲ ਦੇ ਕੇ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਕਿ ਕਿੰਨੀ ਸੋਹਣੀ ਲੜਕੀ ਹੈਗੀ ਆ ਤੇ ਜਦੋਂ ਬੂਟਾ ਉਹਨਾਂ ਨੂੰ ਦੱਸਿਆਗਾ ਕਿ ਬੀਬੀ ਜੀ ਇਹ ਤਾਂ ਸੱਪ ਦੇ ਦਸੇ ਦਾ ਇਲਾਜ ਵੀ ਕਰ ਲੈਂਦੀ ਹੈ ਤਾਂ ਪੈਸਾ ਵੀ ਕੋਈ ਨਹੀਂ ਲੈਂਦੀ ਉਸ ਤੇ ਮਾਤਾ ਜੀ ਹੋਰ ਜ਼ਿਆਦਾ ਖੁਸ਼ ਹੁੰਦੇ ਨੇ ਫਿਰ ਅਗੋਂ ਬੇਟਾ ਡਾਕਟਰ ਦੇ ਮਾਤਾ ਪਿਤਾ ਦੀ ਆਪਸ ਵਿੱਚ ਵਾਰਤਾ ਲਾਪ ਜਿਹੜੀ ਹੈਗੀ ਦੱਸੀ ਗਈ ਹੈ ਡਾਕਟਰ ਦੇ ਮਾਤਾ ਜੀ ਉਸਦੇ ਪਿਤਾ ਜੀ ਨੂੰ ਕਹਿ ਰਹੇ ਨੇ ਕਿ ਤੁਹਾਨੂੰ ਮੁੰਡੇ ਦੇ ਵਿਆਹ ਦੀ ਕੋਈ ਫਿਕਰ ਨਹੀਂ ਹੈਗੀ ਸਾਨੂੰ ਹੁਣ ਮੁੰਡੇ ਦੇ ਵਿਆਹ ਦੇ ਬਾਰੇ ਸੋਚਣਾ ਚਾਹੀਦਾ ਹੈਗਾ ਉਸ ਵਾਸਤੇ ਕੋਈ ਚੰਗਾ ਰਿਸ਼ਤਾ ਲੱਭ ਕੇ ਉਸ ਦਾ ਸਮੇਂ ਸਿਰ ਵਿਆਹ ਕਰਨਾ ਚਾਹੀਦਾ ਬੋਲ ਹਾਂਜੀ ਅਗਲੇ ਬੇਟਾ ਜਿਹੜਾ ਹੁਣ ਸੀ ਦੱਸਿਆ ਗਿਆ ਉਹ ਡਾਕਟਰ ਦੇ ਘਰ ਦਾ ਦੱਸਿਆ ਗਿਆ ਡਾਕਟਰ ਦੇ ਘਰ ਵਿੱਚ ਇੱਕ ਸੂਟਕੇਸ ਪਿਆ ਹੋਰ ਵੀ ਕਾਫੀ ਜ਼ਿਆਦਾ ਸਮਾਨ ਪਿਆ ਹੋਇਆ ਹੈ ਹੁਣ ਇਸ ਸਮੇਂ ਬੇਟਾ ਡਾਕਟਰ ਦਾ ਵਿਆਹ ਜਿਹੜਾ ਹੋ ਚੁੱਕਾ ਹੈਗਾ ਡਾਕਟਰ ਦਾ ਵਿਆਹ ਉਸਦੇ ਮਾਤਾ ਪਿਤਾ ਜਿਹੜੇ ਨੇ ਡੋਲੀ ਦੇ ਨਾਲ ਕਰ ਦਿੰਦੇ ਨੇ ਨੈਕਸਟ ਪਿਕਚਰ ਵਿੱਚ ਦੇਖੋ ਬੇਟਾ ਢੋਲੀ ਜਿਹੜੀ ਹੈਗੀ ਆ ਉਹ ਬੁੱਟਾ ਸਿੰਘ ਨੂੰ ਸਮਾਨ ਰੱਖਣ ਵਾਸਤੇ ਕਹਿ ਰਹੀ ਹੈਗੀ ਆ ਤੇ ਡੋਲੀ ਜਿਸ ਨੇ ਕਾਫੀ ਜ਼ਿਆਦਾ ਹੈਵੀ ਗਹਿਣੇ ਪਾਏ ਹੋਏ ਨੇ ਕਾਫੀ ਜ਼ਿਆਦਾ ਹੈਵੀ ਸਾੜੀ ਪੈਣੀ ਹੋਈ ਹੈ ਤੂੰ ਆਪਣੇ ਪੈਸੇ ਦਾ ਪੂਰਾ ਜ਼ਰਾ ਰੋਬ ਜਮਾ ਰਹੀ ਹੈ ਤੋ ਇੱਥੇ ਆ ਕੇ ਕਹਿੰਦੀ ਹੈਗੀ ਆ ਕਿ ਇਹ ਵੀ ਕੋਈ ਘਰ ਹੈਗਾ ਸਾਡੀ ਤਾਂ ਕਿੰਨੀ ਵੱਡੀ ਕੋਠੀ ਸੀ ਕਿੰਨਾ ਵੱਡਾ ਮਹਿਲ ਸੀ ਇਹ ਤਾਂ ਛੋਟਾ ਜਿਹਾ ਕਮਰਾ ਹੈ ਇੱਥੇ ਤਾਂ ਮੇਰਾ ਸਮਾਨ ਵੀ ਜਿਹੜਾ ਨਹੀਂ ਆ ਰਿਹਾ ਤੋ ਇਸ ਤਰ੍ਹਾਂ ਆਪਣੀ ਦੌਲਤ ਦੇ ਘਮੰਡ ਵਿੱਚ ਕਹਿ ਰਹੀ ਹੈਗਾ ਕਿ ਮੈਨੇ ਤੇ ਮਾਤਾ ਪਿਤਾ ਨੇ ਪਤਾ ਨਹੀਂ ਕਿਉਂ ਡਾਕਟਰ ਦੇ ਨਾਲ ਵਿਆਹ ਕਰ ਦਿੱਤਾ ਹੈਗਾ ਡਾਕਟਰ ਤਾਂ ਫਿਰ ਇੱਥੇ ਪਿੰਡ ਵਿੱਚ ਆ ਕੇ ਵਸ ਗਏ ਆ ਵਿਆਹ ਪਹਿਲਾਂ ਮੈਨੂੰ ਕਿਹਾ ਗਿਆ ਸੀ ਕਿ ਡਾਕਟਰ ਜਿਹੜਾ ਹੈਗਾ ਸਹਿਰ ਵਿੱਚ ਹੀ ਰਹੇਗਾ ਹਾਂਜੀ ਬੇਟਾ ਹੁਣ ਅਗਲੇ ਸੀਨ ਵਿੱਚ ਸ਼ੁਰੂ ਅੱਛਾ ਇਸ ਸੀਨ ਵਿੱਚ ਬੇਟਾ ਦੱਸਿਆ ਗਿਆ ਹੈ ਕਿ ਕਰਮਚੰਦ ਜਿਹੜਾ ਹੈਗਾ ਜਦੋਂ ਡੋਲੀ ਨੂੰ ਆਕੇ ਮਿਲਦਾ ਹੈ ਤਾਂ ਆਕੇ ਦੱਸਦਾ ਹੈ ਕਿ ਕਿਸ ਤਰ੍ਹਾਂ ਜਿਹੜੀ ਨੂਰੀ ਹੈਗੀ ਆ ਉਹ ਡਾਕਟਰ ਸਾਹਿਬ ਦੇ ਨਜ਼ਦੀਕ ਰਹਿੰਦੀ ਹੈਗੀ ਆ ਤਾਂ ਡੋਲੀ ਕਹਿੰਦੀ ਹੈਗੀ ਓ ਮਾਈ ਗੋਡ ਮੇਰੇ ਪਤੀ ਦੇ ਉੱਤੇ ਡੋਰੇ ਪਾ ਰਹੀ ਹੈਗੀ ਆ ਉਸ ਨੂੰ ਤਾਂ ਮਾਰ ਦੇਣਾ ਚਾਹੀਦਾ ਹੈਗਾ ਆ ਤੇ ਕਰਮਚੰਦ ਜਿਹੜਾ ਹੈਗਾ ਡੋਲੀ ਨੂੰ ਨੂਰੀ ਦੇ ਖਿਲਾਫ ਆ ਕੇ ੜਕਾਣਾ ਜਿਹੜਾ ਹੈਗਾ ਸ਼ੁਰੂ ਕਰ ਦਿੰਦਾ ਹੈ ਤੇ ਉਹ ਕਰਮਚਾਂਦੇ ਦੇ ਨਾਲ ਵੀ ਇਹੀ ਗੱਲਾਂ ਕਰ ਰਹੀ ਹੈਗੀ ਹੈ ਕਿ ਸਾਡੇ ਕੋਲ ਕਾਫੀ ਜ਼ਿਆਦਾ ਜੈਦਾਸੀ ਕੀ ਅਸੀਂ ਸ਼ਹਿਰ ਵਿੱਚ ਰਹਿੰਦੇ ਆ ਸਾਡੇ ਕਿੰਨੇ ਵੱਡੇ ਮਠਿਆਈਆਂ ਦੀ ਦੁਕਾਨ ਆ ਮੇਰੇ ਪਾਪਾ ਦਾ ਬਿਜ਼ਨਸ ਹੈਗਾ ਆ ਇਸ ਤਰ੍ਹਾਂ ਕਰਮਚਾਂਦੇ ਦੇ ਨਾਲ ਗੱਲਾਂ ਕਰਦੀ ਹੈਗੀ ਆ ਤੇ ਕਰਮਚੰਦ ਜੋ ਕਿ ਅੱਗੇ ਹੀ ਚਾਹੁੰਦਾ ਹੈ ਕਿ ਨੂਰੀ ਦੇ ਖਿਲਾਫ ਉਸ ਨੂੰ ਕੋਈ ਵਿਕਤੀ ਮਿਲਣਾ ਚਾਹੀਦਾ ਤਾਂ ਨੂਰੀ ਦੇ ਖਿਲਾਫ ਚੜਾਗਾ ਉਸ ਨੂੰ ਡੋਲੀ ਮਿਲ ਜਾਂਦੀ ਹੈਗੀ ਆ ਡੋਲੀ ਜਦੋਂ ਉਸ ਨੂੰ ਬੂਟਾ RAM ਨੂੰ ਕਹਿੰਦੀ ਹੈਗੀ ਆ ਕਿ ਬੂਟਾ RAM ਕਰਮਚੰਦ ਨੂੰ ਖਾਣ ਵਾਸਤੇ ਰਸਗੁੱਲੇ ਲਿਆ ਦਿਓ ਮਠਾਈ ਲਿਆ ਦਿਓ ਜਿਹੜੇ ਕਿ ਮੈਂ ਆਪਣੇ ਪੇਕਿਆਂ ਤੋਂ ਲੈ ਕੇ ਆਈ ਆ ਤਾਂ ਕਰਮਚਾਰੀ ਹੋਰ ਵੀ ਜ਼ਿਆਦਾ ਖੁਸ਼ ਹੋ ਕੇ ਜਿਹੜਾ ਡੋਲੀ ਦੀ ਚਾਪਲੂਸੀ ਕਰਨੀ ਸ਼ੁਰੂ ਕਰ ਦਿੰਦਾ ਹੈ ਆ ਹਾਂਜੀ ਬੇਟਾ ਅਗਲੇ ਸੀਨੇ ਚ ਦੱਸਿਆ ਗਿਆ ਕਿ ਕਰਮਚੰਦ ਜੜਾ ਹੈਗਾ ਹੈ ਉਹ ਦੁਬਾਰਾ ਨੂਰੀ ਦੇ ਕੋਲ ਜਾਂਦਾ ਹੈ ਨੂਰੀ ਨੂੰ ਜਾ ਕੇ ਕਹਿੰਦਾ ਕਿ ਨੂਰੀ ਅਜੇ ਵੀ ਸਮਾਂ ਹੈਗਾ ਹੈ ਮੇਰੇ ਨਾਲ ਸਮਝੌਤਾ ਕਰਨਾ ਅਸੀਂ ਦੋਨੋਂ ਆਹਨੇ ਰਲ ਕੇ ਪੈਸੇ ਕਮਾਵਾਂਗੇ ਕਹਿੰਦਾ ਡਾਕਟਰ ਨੇ ਤਾਂ ਤੈਨੂੰ ਧੋਖਾ ਦੇ ਦਿੱਤਾ ਹੈ ਡਾਕਟਰ ਨੇ ਤਾਂ ਕਿਸੇ ਹੋਰ ਨਾਲ ਵਿਆਹ ਕਰ ਲਿਆ ਹੈ ਡਾਕਟਰ ਦੀ ਪਤਨੀ ਤਾਂ ਮੈਂ ਆਪ ਘਰ ਵਿੱਚ ਦੇਖ ਕੇ ਆ ਰਿਹਾ ਡਾਕਟਰ ਤਾਂ ਆਪਣੇ ਪਤਨੀ ਨਾਲ ਬਹੁਤ ਜ਼ਿਆਦਾ ਖੁਸ਼ ਆ ਗਿਆ ਤਾਂ ਉਹ ਨੂਰੀ ਨੇ ਇਹੀ ਜਿਹੀ ਗੱਲਾਂ ਕਰਕੇ ਕਾਫੀ ਜ਼ਿਆਦਾ ਚਿੜਾ ਰਿਹਾ ਸੀ ਜਿਸ ਕਰਕੇ ਨੂਰੀ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਕਰਮਚੰਦ ਨੂੰ ਉੱਥੋਂ ਜਾਣ ਵਾਸਤੇ ਕਹਿੰਦੀ ਹੈਗੀ ਆ ਉਸ ਨੂੰ ਬੁਰਾ ਭਰਾ ਬੋਲਦੀ ਹੈਗੀ ਆ ਤਾਂ ਕਰਮਚੰਦ ਜਿਹੜਾ ਹੈਗਾ ਨੂਰੀ ਨੂੰ ਕਹਿੰਦਾ ਕਿ ਮੈਂ ਤਾਂ ਗਿਨ-ਗਿਨ ਕੇ ਤੇਰੇ ਕੋਲੋਂ ਬਦਲੇ ਲਵਾਂਗਾ ਤੂੰ ਮੇਰੇ ਇਸ ਪ੍ਰਸਤਾਵ ਨੂੰ ਠੁਕਰਾਇਆ ਹੈ ਕਹਿੰਦਾ ਵੇਖੀ ਮੈਂ ਤੈਨੂੰ ਕਿਸ ਤਰ੍ਹਾਂ ਠੋਕਰਾਂ ਮਰਵਾਣਾ ਹੈ ਤੇਰਾ ਜੀਵਨ ਜਿਹੜਾ ਹੈਗਾ ਉਹ ਮੈਂ ਬਰਬਾਦ ਕਰ ਦਵਾਂਗਾ ਇਸ ਤਰ੍ਹਾਂ ਦੀਆਂ ਧਮਕੀਆਂ ਦੇ ਕੇ ਜਿਹੜਾ ਉੱਥੋਂ ਚਲਾ ਜਾਂਦਾ ਹੈ ਤੇ ਨੂਰੀ ਜਿਹੜੀ ਹੈਗੀ ਆ ਉਹ ਆਪਣੇ ਝੌਂਪੜੇ ਦੇ ਬਾਹਰ ਆ ਕੇ ਰੋਣਾ ਸ਼ੁਰੂ ਕਰ ਦਿੰਦੀ ਹੈਗੀ ਹੈ ਕਿ ਡਾਕਟਰ ਨੇ ਮੇਰੇ ਨਾਲ ਧੋਖਾ ਕੀਤਾ ਹੈ ਪਿਆਰ ਦੇ ਵਾਦੇ ਮੇਰੇ ਨਾਲ ਕੀਤੇ ਤੇ ਵਿਆਹ ਕਿਸੇ ਹੋਰ ਨਾਲ ਕਰਵਾ ਲਿਆ ਬੋਲੋ ਬੇਟਾ ਉਹਨਾਂ ਅਗਲੇ ਸੀਨ ਚ ਦੱਸਿਆ ਗਿਆ ਹੈਗਾ ਹੈ ਕਿ ਕਰਮਚੰਦ ਜਿਹੜਾ ਹੈਗਾ ਆ ਉਹ ਨੂਰੀ ਨੂੰ ਡਾਕਟਰ ਸਾਹਿਬ ਦੇ ਘਰ ਬੁਲਾਉਂਦਾ ਹੈ ਉਹਦੇ ਦਾ ਮਾਤਾ ਜੀ ਉਸਦੀ ਪਤਨੀ ਮੌਜੂਦ ਹੁੰਦੇ ਨੇ ਉਸਦੇ ਮਾਤਾ ਜੀ ਜਿਹੜੇ ਨੇ ਨੂਰੀ ਨੂੰ ਕਾਫੀ ਸਾਤਾ ਬੁਰਾ ਭਲਾ ਕਹਿੰਦੇ ਨੇ ਕਿ ਤੂੰ ਮੇਰੇ ਮੁੰਡੇ ਦੇ ਮਗਰ ਪਈ ਆ ਮੇਰਾ ਮੁੰਡਾ ਆਪਣੀ ਪਤਨੀ ਨੂੰ ਪਿਆਰ ਨਹੀਂ ਕਰਦਾ ਹੈਗਾ ਤੂੰ ਇੱਥੋਂ ਦੀ ਚਲੀ ਜਾ ਜੇਕਰ ਤੂੰ ਇੱਥੋਂ ਦੀ ਨਾ ਗਈ ਤਾਂ ਤੈਨੂੰ ਅਸੀਂ ਜਿਹੜਾ ਹੈਗਾ ਮਾਰ ਦੇਵਾਂਗੇ ਕਿਤੇ ਦੂਰ ਸੁੱਟ ਦੇਵਾਂਗੇ ਤੇ ਆਪਣਾ ਬੁਰਿਆ ਬਿਸਤਰਾ ਛੁੱੱਕ ਕੇ ਜਿਹੜਾ ਹੈਗਾ ਇੱਥੋਂ ਦੀ ਚਲੀ ਜਾ ਤੇ ਉਹ ਨੂਰੀ ਨੂੰ ਇਸ ਤਰ੍ਹਾਂ ਦੀ ਧਮਕੀਆਂ ਦਿੱਤੀ ਹੈਗੇ ਤਾਂ ਜੋ ਨੂਰੀ ਜਿਹੜੀ ਹੈਗੀ ਇੱਥੋਂ ਦੀ ਚਲੀ ਜਾਵੇ ਕਹਿੰਦੇ ਅਗਲੇ ਸੀਨ ਦੇ ਵਿੱਚ ਜਿਹੜਾ ਹੈਗਾ ਇਹ ਕਰਮਚੰਦ ਜਿਹੜਾ ਹੈਗਾ ਨੂਰੀ ਨੂੰ ਕਹਿੰਦਾ ਹੈਗਾ ਬੂਟਾ ਨੂਰੀ ਨੂੰ ਕਹਿੰਦਾ ਹੈਗਾ ਕਿ ਦੇਖ ਬੇਟਾ ਤੂੰ ਗੁੱਸਾ ਨਾ ਕਰ ਮਾਵਾ ਤਾਂ ਇਸੇ ਤਰ੍ਹਾਂ ਹੀ ਕਹਿ ਦਿੰਦੀਏ ਨੇ ਮਾਵਾ ਦੇ ਕਹਿਣ ਦਾ ਗੁੱਸਾ ਨਹੀਂ ਕਰੀਂਦਾ ਕਿਉਂਕਿ ਬੂਟਾ ਤੁਹਾਨੂੰ ਪਤਾ ਬੇਟਾ ਕਿ ਚੰਗਾ ਇਨਸਾਨ ਹੈਗਾ ਆ ਉਹ ਨੂਰੀ ਨੂੰ ਸਮਝਾਉਂਦਾ ਆ ਪਰ ਕਰਮਚੰਦ ਜਿਹੜਾ ਹੈਗਾ ਉਹ ਅੱਗ ਨੂੰ ਹੋਚਾ ਤਾਂ ੜਕਾਂਦਾ ਹੋਇਆ ਕਹਿੰਦਾ ਕਿ ਨਹੀਂ ਨੂਰੀ ਤੂੰ ਇੱਥੋਂ ਚਲੀ ਜਾ ਤੂੰ ਡਾਕਟਰ ਸਾਹਿਬ ਦੀ ਜਿੱਦ ਵਿੱਚ ਬਾਹਰ ਨਿਕਲ ਜਾ ਤੂੰ ਡਾਕਟਰ ਸਾਹਿਬ ਦੀ ਪਤਨੀ ਨੂੰ ਦੁਖੀ ਕਰਦੀ ਪਈ ਹੈਗੀ ਆ ਤਾਂ ਨੂਰੀ ਜੜੀ ਹੈਗੇ ਦੁਖੀ ਹੋ ਕੇ ਉੱਥੋਂ ਦੀ ਚਲੀ ਜਾਂਦੀ ਹੈਗੀ ਆ ਬੋਲੋ ਹਾਂਜੀ ਬੇਟਾ ਅਗਲੇ ਸੀਨ 'ਚ ਦੱਸਿਆ ਗਿਆ ਗਾਇਆ ਇਹ ਨੂਰੀ ਜਿਹੜੀ ਹੈਗੀ ਆ ਆਪਣੇ ਝੌਂਪੜੇ ਦੇ ਵਿੱਚ ਆ ਜਾਂਦੀ ਹੈ। ਕਾਫੀ ਜ਼ਿਆਦਾ ਉਦਾਸ ਬੈਠੀ ਹੈਗੀ ਆ। ਅੱਗ ਦੀ ਰੋਸ਼ਨੀ ਦੇ ਵਿੱਚ ਸਿਰਫ ਉਸ ਦਾ ਚਿਹਰਾ ਹੀ ਦਿਖਾਈ ਦੇ ਰਿਹਾ ਹੈ। ਤਾਂ ਉਹ ਜਿਹੜੀ ਹੈਗੀ ਆ ਉੱਥੇ ਬੈਠ ਕੇ ਆਪਣੇ ਵਾਸਤੇ ਰੋਟੀ ਬਿਨਹਾ ਰਹੀ ਹੈਗੀ ਆ। ਬੇਟਾ ਕਰਮਚੰਦ ਤੇ ਨੂਰੀ ਨੇ ਡਾਕਟਰ ਦੀ ਮਾਂ ਨੇ ਰਲ ਕੇ ਜਿਹੜੀ ਸਲਾਹ ਕੀਤੀ ਸੀ ਕਿ ਅਸੀਂ ਇਹਨੂੰ ਮਾਰ ਦੇਣਾ ਹੈਗਾ ਆ ਕਰਮਚੰਦ ਕੀ ਕਰਦਾ ਬੇਟਾ ਕਿ ਤੂੰ ਜ਼ਹਿਰ ਲਾ ਕੇ ਆਂਦਾ ਆ ਤੇ ਬੂਟੇ ਨੇ ਜਿਹੜੀ ਲੱਸੀ ਰੱਖੀ ਹੁੰਦੀ ਹੈ ਨੂਰੀ ਨੂੰ ਦੇਣ ਵਾਸਤੇ ਤਾਂ ਉਸ ਲੱਸੀ ਦੇ ਵਿੱਚ ਉਹ ਜ਼ਹਿਰ ਜੜਾ ਹੈਗਾ ਪਾ ਦਿੰਦੇ ਨੇ ਜਦੋਂ ਬੂਟਾ ਨੂਰੀ ਨੂੰ ਉਹ ਲੱਸੀ ਦੇਣ ਜਾਂਦਾ ਤਾਂ ਬੁੱਟੇ ਨੂੰ ਤਾਂ ਪਤਾ ਨਹੀਂ ਦਸ ਵਿੱਚ ਜ਼ਹਿਰ ਹੈਗਾ ਤਨੂਰੀ ਜੋ ਕਿ ਲੱਸੀ ਦੀ ਕਾਫੀ ਜ਼ਿਆਦਾ ਸੁਕੀ ਸੀ ਬੇਟਾ ਜਦੋਂ ਉਹ ਲੱਸੀ ਪੀ ਲੈਂਦੀ ਹੈਗੀਆ ਤਾਂ ਉਸ ਦਾ ਮੂੰਹ ਦੇ ਅੰਦਰ ਛਾਲੇ ਹੀ ਛਾਲੇ ਪੈ ਜਾਂਦੇ ਨੇ ਤੇ ਉਦੋਂ ਕਰਮਚੰਦ ਆ ਜਾਂਦਾ ਹੈ ਕਰਮਚੰਦ ਨੂਰੀ ਨੂੰ ਹੋਰ ਜਾਂਦਾ ਦੁਖੀ ਕਰਦਾ ਉਸ ਨੂੰ ਵਾਲਾਂ ਤੋਂ ਫੜ ਲੈਂਦਾ ਹੈ ਉਸ ਨੂੰ ਵਗਾ ਕੇ ਹੇਠਾਂ ਸੁੱਟਦਾ ਹੈ ਕਹਿੰਦਾ ਤੈਨੂੰ ਕਿਹਾ ਸੀ ਨਾ ਕਮਜਾਤੇ ਮੈਂ ਤੇਰੇ ਨਾਲ ਬਦਲੇ ਲਵਾਂਗਾ ਗਿਨ ਗਿਨ ਕੇ ਕਹਿੰਦਾ ਵੇਖ ਲੈ ਮੈਂ ਤੇਰੇ ਨਾਲ ਗਿਨ ਗਿਨ ਕੇ ਬਦਲੇ ਲੈਨੇ ਕਹਿੰਦਾ ਤੈਨੂੰ ਪਾਣੀ ਦਾ ਘੁੱਟ ਵੀ ਜਿਹੜਾ ਨਸੀਬ ਨਹੀਂ ਹੋਣਾ ਤੂੰ ਇੱਥੇ ਹੀ ਜਿਹੜਾ ਹੈਗਾ ਮਰ ਜਾਣਾ ਹੈ ਇਹਨੇ ਦਿਨ ਨੂੰ ਕਰਮਚੰਦ ਉਸ ਨੂੰ ਜ਼ਮੀਨ ਦੇ ਉੱਪਰ ਸੁੱਟ ਕੇ ਤੇ ਆਪ ਚਲਾ ਜਾਂਦਾ ਹੈ ਤੇ ਨੂਰੀ ਦਰਦ ਦੇ ਨਾਲ ਤੜਫਦੀ ਹੋਈ ਮੂੰਹ ਤੋਂ ਉਸਦੇ ਲਹੂ ਨਿਕਲ ਰਿਹਾ ਸੀ ਤੇ ਬੇਟਾ ਘੜੇ ਦੇ ਲਾਗੇ ਜਾ ਕੇ ਉਸ ਘੜੇ ਵਿੱਚੋਂ ਪਾਣੀ ਕੱਢ ਕੇ ਜਿਹੜਾ ਪਿੰਦੀ ਹੈਗੀ ਆ ਤਾਂ ਜੋ ਥੋੜੀ ਕੋਸ ਨੂੰ ਰਾਹਤ ਜਿਹੜੀ ਹੈਗੀ ਆ ਮਿਲ ਸਕੇ ਹਾਂਜੀ ਬੇਟਾ ਅਗਲੇ ਸੀਨ 'ਚ ਦੇਖੋ ਹੁਣ ਇੱਥੇ ਜਦੋਂ ਡਾਕਟਰ ਤੇ ਨੂਰੀ ਦਿਖਾਏ ਗਏ ਨੇ ਨੂਰੀ ਜਿਸ ਦਾ ਕਿ ਨੇਰੇ ਵਿੱਚ ਇਨਾ ਚਿਹਰਾ ਸਾਫ਼ ਦਿਖਾਈ ਨਹੀਂ ਦੇ ਰਹਾ ਡਾਕਟਰ ਦੌੜਦਾ ਹੋਰ ਆਂਦਾ ਨੂਰੀ ਦੇ ਕੋਲ ਨੂਰੀ ਨੂਰੀ ਜਲਦੀ ਕਰ ਡੋਲੀ ਨੂੰ ਸੱਪ ਲੜ ਗਿਆ ਐ ਡੋਲੀ ਨੂੰ ਬਚਾ ਲੈ ਉਹ ਨੂਰੀ ਦੇ ਤਰਲੇ ਕਰਦਾ ਕਿਉਂਕਿ ਡੋਲੀ ਨੂੰ ਜਿਹੜਾ ਸੀ ਸੱਪ ਨੇ ਕੱਟ ਲਿਆ ਤੇ ਡਾਕਟਰ ਨੂੰ ਪਤਾ ਸੀ ਕਿ ਡੋਲੀ ਨੂੰ ਜਿਹੜਾ ਨੂਰੀ ਹੀ ਬਚਾ ਸਕਦੀ ਹੈਗੀ ਐ ਪਰ ਡਾਕਟਰ ਨੂੰ ਇਸ ਗੱਲ ਦਾ ਬਿਲਕੁਲ ਵੀ ਧਿਆਨ ਨਹੀਂ ਹੈਗਾ ਕਿ ਨੂਰੀ ਜੜੀ ਬਿਮਾਰ ਹੈਗੀ ਐ ਉਸ ਨੂੰ ਜ਼ਹਿਰ ਦਿੱਤਾ ਗਿਆ ਉਸ ਦੇ ਮੂੰਹ ਵਿੱਚ ਹਾਲੇ ਪੇ ਹੋਏ ਨੇ ਉਹ ਨੂਰੀਵਾਲ ਦੇਖਦਾ ਹੀ ਨਹੀਂ ਹੈਗਾ ਚੰਗੀ ਤਰ੍ਹਾਂ ਉਸਦੇ ਚਿਹਰੇਵਾਲ ਕਿ ਉਸਦੇ ਚਿਹਰੇ ਦਾ ਕੀ ਹਾਲ ਹੋਇਆ ਦਾ ਉਹ ਆਪਣੇ ਹੀ ਗਮ ਵਿੱਚ ਰੋਈ ਜਾ ਰਿਹਾ ਸੀ ਨੂਰੀ ਦੇ ਤਰਲੇ ਕਰ ਰਹੀ ਨੂਰੀ ਜਲਦੀ ਚੱਲ ਮੇਰੀ ਡੋਲੀ ਨੂੰ ਬਚਾਲਾ ਨੂਰੀ ਮੇਰੀ ਡੋਲੀ ਮਰ ਜਗੀ ਤਾਂ ਡੋਲੀ ਜਿਹੜੀ ਹੈਗੇ ਡਾਕਟਰ ਦੀਆਂ ਗੱਲਾਂ ਵਿੱਚ ਆ ਕੇ ਉਸ ਤੇ ਤਰਸ ਖਾ ਕੇ ਉਸਦੇ ਨਾਲ ਚੱਲ ਪੈਂਦੀ ਹੈਗੀ ਬੇਟਾ ਨੂਰੀ ਜਿਹੜੀ ਹੈਗੇ ਡਾਕਟਰ ਦੇ ਘਰ ਆ ਜਾਂਦੀ ਹੈਗੀ ਆ ਉਹ ਡਾਕਟਰ ਦੇ ਘਰ ਆ ਕੇ ਸਭ ਤੋਂ ਪਹਿਲਾਂ ਜਿੱਥੇ ਡੋਲੀ ਨੂੰ ਸੱਪ ਨੇ ਕਟਿਆ ਹੁੰਦਾ ਹੈਗਾ ਆ ਉਹ ਉਸ ਦਾ ਉਹ ਜਗਾਂ ਨੂੰ ਚੂਸਦੀ ਹੈਗੀ ਆ ਚਿਹਰ ਕੱਢ-ਕੱਢ ਕੇ ਬਾਹਰ ਸੁੱਟ ਰਹੀ ਹੁੰਦੀ ਹੈਗੀ ਆ ਪਰ ਉਸ ਸਮੇ ਨੂਰੀ ਦੀ ਕਾਫੀ ਜ਼ਿਆਦਾ ਮਾੜੇ ਹਾਲਤ ਹੀ ਨੂਰੀ ਕੋਲ ਤਾਂ ਸਿੱਧੇ ਤੰਗ ਨਾਲ ਬੈਠੇ ਵੀ ਨਹੀਂ ਜਾ ਰਹਾ ਪਰ ਫਿਰ ਵੀ ਉਹ ਹਿੰਮਤ ਨਹੀਂ ਹਾਰਦੀ ਹੈਗੀ ਤੇ ਡਾਕਟਰ ਦੀ ਪਤਨੀ ਡੋਲੀ ਨੂੰ ਬਚਾ ਲੈਂਦੀ ਹੈਗੀ ਸਾਰਾ ਜਹਾ ਚੂਸ ਕੇ ਬਾਹਰ ਕੱਢ ਦਿੰਦੀ ਹੈ ਤੇ ਆਪ ਜ਼ਮੀਨ ਦੇ ਉੱਪਰ ਡਿੱਗ ਜਾਂਦੀ ਹੈਗੀ ਜਦੋਂ ਡਾਕਟਰ ਵੇਖਦਾ ਕਹਿੰਦਾ ਨੂਰੀ ਨੂਰੀ ਤੈਨੂੰ ਕੀ ਹੋ ਗਿਆ ਹੈ ਤੂੰ ਤਾਂ ਠੀਕ ਸੀ ਤੂੰ ਕਿਉਂ ਡਿੱਗ ਗਈ ਆ ਤੂੰ ਕਿਉਂ ਨਹੀਂ ਬੋਲਦੀ ਵੀ ਹੈਗੀ ਤਾਂ ਡਾਕਟਰ ਨੂਰੀ ਦੀ ਹਾਲਤ ਦੇਖ ਕੇ ਡਰ ਜਾਂਦਾ ਹੈ ਕਿ ਨੂਰੀ ਨੂੰ ਕੀ ਗੱਲ ਹੋ ਗਈ ਹੈ ਡਾਕਟਰ ਨੂਰੀ ਨੂੰ ਹਿਲਾ ਰਿਹਾ ਪਰ ਨੂਰੀ ਬਿਲਕੁਲ ਨਹੀਂ ਹਿਲ ਰਹੀ ਹੈਗੀ ਨੂਰੀ ਤਾਂ ਬਿਲਕੁਲ ਹੀ ਨਹੀਂ ਹਿਲੀ ਡਾਕਟਰ ਨੇ ਕਾਫੀ ਉਸ ਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ ਪਨੂਰੀ ਕਿੱਥੋਂ ਹਿਲਦੀ ਨੂਰੀ ਤਾਂ ਜਿਹੜੀ ਸੀ ਆਪਣੀ ਜਾਨ ਦੇ ਚੁੱਕੀ ਸੀ ਨੂਰੀ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੀ ਸੀ ਬੇਟਾ ਇਸ ਤਰ੍ਹਾਂ ਇਸ ਫਾਸਲੇ ਨਾਟਕ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਲੜਕੀ ਜੋ ਕਿ ਦੂਸਰਿਆਂ ਦਾ ਭਲਾ ਕਰਦੀ ਸੀ ਦੂਸਰਿਆਂ ਦੀ ਜਾਨ ਬਚਾਉਂਦੀ ਸੀ ਤੇ ਕੁਝ ਪੈਸਿਆਂ ਦੇ ਲੋਬੀਆਂ ਨੇ ਜਿਹੜਾ ਸੀ ਉਸ ਨੂੰ ਮਾਰ ਦਿੱਤਾ ਬਿਨਾਂ ਵਜ੍ਹਾ ਹੀ ਉਸ ਦੀ ਮੌਤ ਕਰ ਦਿੱਤੀ ਗਈ ਉਸ ਨੂੰ ਲੱਸੀ ਦੇ ਵਿੱਚ ਜ਼ਹਿਰ ਪਾ ਕੇ ਦਿੱਤਾ ਗਿਆ ਤੋ ਆਪਣੀ ਉਮਰ ਤੋਂ ਪਹਿਲਾਂ ਹੀ ਵਿਚਾਰੀ ਜਿਹੜੀ ਹੈਗੀ ਹੈ ਮਰ ਜਾਂਦੀ ਹੈਗੀ ਹੈ ਤੇ ਅਖੀਰ ਵਿੱਚ ਦੱਸਿਆ ਗਿਆ ਕਿ ਨੂਰੀ ਦੀ ਸਮਾਦ ਜਿਹੜੀ ਹੈਗੀ ਉਹ ਬਣਾਈ ਗਈ ਹੈ ਤੇ ਉਸ ਸਮਾਦ ਦੇ ਲਾਗੇ ਜਿਹੜੇ ਨੇ ਜਿੰਨੇ ਵੀ ਕਲਾਕਾਰ ਨੇ ਉਹ ਸਾਰੇ ਹੀ ਦੀਵਾ ਲੈ ਕੇ ਖੜੇ ਨੇ ਓਕੇ ਬੇਟਾ ਥੈਂਕ ਯੂ